ਹਾਂਜੀ ਦੋਸਤੋ ਅੱਜ ਗੱਲ ਕਰਦਾ ਹਾਂ ਜੀ ਪੀਟ ਪਲੱਸ ਵੀ ਨੇ ਜਨਤਕ ਨੋਟਿਸ ਕੱਢਿਆ ਠੀਕ ਆ ਪਬਲਿਕ ਨੋਟਿਸ ਕੱਢਿਆ ਕੀ ਨੋਟਿਸ ਹੈ ਕੀ ਕਿਹੜੀ ਐਡਵਰਟਾਈਜ਼ਮੈਂਟ ਦਾ ਠੀਕ ਆ ਚਲੋ ਚੈੱਕ ਕਰਦੇ ਹਾਂ ਉਸ ਤੋਂ ਪਹਿਲਾਂ ਸੇਮ ਰਿਕਵੈਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਮਮਰ ਦਾ ਨੋਟੀਫਿਕੇਸ਼ਨ ਜਾਂ ਪੀਟ ਪਲੱਸ ਵੀ ਬੋਰਡ ਦਾ ਕੋਈ ਵੀ ਨੋਟੀਫਿਕੇਸ਼ਨ ਐ ਇਦਾਂ ਹੀ ਆਪਣੇ ਫੋਨ ਤੇ ਚਾਹੁੰਦੇ ਹੋ ਤਾਂ ਚੈਨਲ ਨੂੰ ਜੁਬ ਸਬਸਕ੍ਰਾਈਬ ਕਰੋ ਦੋਸਤੋ ਇਹ ਆ ਜੀ ਐਡਵਰਟਾਈਜ਼ ਪੰਜਾਬ 2023 ਠੀਕ ਆ ਵੱਖ-ਵੱਖ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ ਬਈ ਇਹਨਾਂ ਦੇ ਵਿੱਚ ਅਸਾਮੀਆਂ ਦੇ ਵਿੱਚ ਬਈ ਤੇ ਕੀ ਦੀਆਂ ਹਨ ਕਿ ਲਾ ਗ੍ਰੇਡ ਅਫਸਰ 2 ਠੀਕ ਹੈ ਲਾ ਗ੍ਰੇਡ ਅਫਸਰ ਸੈਕੰਡ ਦੀਆਂ ਅਸਾਮੀਆਂ ਤਿੰਨ ਐਡ ਕਰ ਦਿੱਤੀਆਂ ਗਈਆਂ ਹਨ ਠੀਕ ਹੈ ਜੀ ਆਹ ਦੇਖ ਸਕਦੇ ਹੋ ਲਾ ਅਫਸਰ ਜਰਨਲ ਦੀਆਂ ਦੋ ਸਾਮੀਆਂ ਆ ਗਈਆਂ ਤੇ ਐਸੀਐਮਵੀ ਇੱਕ ਆ ਗਈ ਠੀਕ ਹੈ ਜੀ ਇਹ ਇਸਤਰੀਆਂ ਲਈ ਰਾਖਵੀ ਸਾਮੀ ਇੱਕ ਹੈ ਤੇ ਐਜੂ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰ ਲਈਏ ਦੋਸਤੋ ਆਟ ਲਿਸਟ ਸੈਕੰਡ ਕਲਾਸ ਬੈਚਲਰ ਡਿਗਰੀ ਇਨ ਲਾ ਪ੍ਰੋਫੈਸ਼ਨਲ ਠੀਕ ਹੈ ਫਰੋਮ ਦਾ ਰਿਕੋਗਨਾਈਜ਼ ਯੂਨੀਵਰਸਿਟੀ ਕੈਂਡੀਡੇਟ ਹੂ ਹੈਵ ਐਕਸਪੀਰੀਅੰਸ ਐਜ਼ ਪ੍ਰੈਕਟਿਸਿੰਗ ਲਾ ਵਿਲ ਵੀ ਗਿਵਨ ਪ੍ਰੀਫਰੈਂਸ ਠੀਕ ਹੈ ਦੋਸਤੋ ਨੌਲੇਜ ਆਫ ਕੰਪਿਊਟਰ ਤੁਹਾਨੂੰ ਹੋਣੀ ਚਾਹੀਦੀ ਹੈ ਠੀਕ ਹੈ ਕੈਂਡੀਡੇਟ ਮਸਟ ਹੈਵ ਵੀ ਅੰਡਰਗੋਨ ਅ ਕੰਪਿਊਟਰ ਕੋਰਸ ਆਫ 6 ਮੰਥ ਡਿਊਰੇਸ਼ਨ ਫਰਮ ਦਾ ਰੈਪਿਊਟਡ ਇੰਸਟੀਚਿਊਟ ਠੀਕ ਹੈ ਜੀ ਤੇ ਨੋਟ ਕੀ ਲਿਖਤਾ ਉਹਨਾਂ ਨੇ ਇਹ ਵੀ ਪੜ ਲੈਣੇ ਆ ਦੋਸਤੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੇ ਪੱਤਰ ਨੂੰ ਅਮਲਾ ਆ ਲਿਖਿਆ ਜੀ ਤੇ ਮਿਤੀ 2 1 24 ਅਨੁਸਾਰ ਭਰਤੀ ਪ੍ਰਕਿਰਿਆ ਲਿਖਤੀ ਟੈਸਟ ਵਿੱਚ ਲਏ ਗਏ ਨੰਬਰਾਂ ਅਨੁਸਾਰ ਨਰੋਲ ਮੈਰਿਟ ਦੇ ਆਧਾਰ ਦੇ ਉੱਪਰ ਕੀਤੀ ਜਾਣੀ ਹੈ ਠੀਕ ਹੈ ਜੀ ਵੀ ਜਿਹੜਾ ਤੁਹਾਡਾ ਭਰਤੀ ਦੀ ਉਹ ਰਿਟਨ ਟੈਸਟ ਹੋਏਗਾ ਉਹਦੇ ਉੱਤੇ ਹੀ ਤੁਹਾਡੀ ਮੈਟ ਬਣਨੀ ਹੈ ਠੀਕ ਹੈ ਜੇਕਰ ਨੰਬਰ ਦੇ ਆਧਾਰ ਉੱਪਰ ਦੋ ਉਮੀਦਵਾਰਾਂ ਦਾ ਟਾਈ ਪੈਂਦੀ ਹੈ ਤਾਂ ਉਸ ਹਾਲਾਤ ਵਿੱਚ ਉਸ ਉਮੀਦਵਾਰ ਕੋਲ ਵਕਾਲਤ ਦਾ ਤਜਰਬਾ ਹੋਵੇਗਾ ਠੀਕ ਹੈ ਉਸ ਨੂੰ ਪ੍ਰੈਫਰੈਂਸ ਦਿੱਤੀ ਬਈ ਜਿਹੜੇ ਜੇ ਦੋ ਟਾਈ ਹੁੰਦੀ ਹੈ ਦੋਨੇ ਉਮੀਦਵਾਰਾਂ ਚ ਤਾਂ ਜਿਹਦੇ ਕੋਲ ਵਕਾਲਤ ਦਾ ਤਜਰਬਾ ਹੋਏਗਾ ਉਹਨੂੰ ਪ੍ਰੈਫਰੈਂਸ ਦਿੱਤੀ ਜਾਵੇਗੀ ਦੋਸਤੋ ਠੀਕ ਹੈ ਜੀ ਬੇਸ ਸਕੇਲ ਤੁਹਾਡਾ ਰਹੇਗਾ 35-400 ਠੀਕ ਹੈ ਤੇ ਆਨਲਾਈਨ ਅਪਲਾਈ ਕਰਨ ਦੀ ਮਿਤੀ ਚਲੋ ਇੱਕ ਦੇਖ ਲੈਂਦੇ ਆਨਲਾਈਨ ਅਪਲਾਈ ਬਈ 23/7/2024 ਤੋਂ ਲੈ ਕੇ 5/8/2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਫੀਸ ਭਰਨ ਦੀ ਆਖਰੀ ਮਿਤੀ ਹੈਗੀ 8/8/2024 ਠੀਕ ਹੈ ਜੀ ਇਸ ਤੋਂ ਬਾਅਦ ਫੀਸ ਨਹੀਂ ਭਰੀ ਜਾਣੀ 8/8/2024 ਤੱਕ ਫੀਸ ਭਰ ਸਕਦੇ ਹੋ ਠੀਕ ਹੈ ਦੋਸਤੋ ਬਾਕੀ ਹੋਰ ਕੁਝ ਹੋਰ ਕੁਝ ਨਹੀਂ ਹੈ ਠੀਕ ਹੈ ਜੀ ਏਸੀ ਲਾ ਅਫਸਰ ਦੀ ਵੈਕੈਂਸੀ ਤੋਂ ਇਹ ਵੀਡੀਓ ਵਧੀਆ ਲਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦੇਣਾ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲੈਦਾ ਕਿ ਸਰ ਵੀ ਗਮਨ ਜਾਓ ਦਿ ਨੋਟੀਫਿਕੇਸ਼ਨ ਮਾਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਤਦ ਤੱਕ ਧੰਵਾਦ ਜੀ